ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬੀ ਰੀਡਰ 7A 2020 ਐਡੀਸ਼ਨ ਲੈਸਨ 4 ਵਿੱਚ ਜੀ ਆਇਆਂ ਨੂੰ ਅੱਜ ਆਪਾਂ ਭਗਤ ਕਬੀਰ ਜੀ ਦੀ ਜੀਵਨੀ ਬਾਰੇ ਕੁਝ ਸਿੱਖਾਂਗੇ ਤੇ ਉਹਨਾਂ ਦੀ ਜੀਵਨੀ ਬਾਰੇ ਪੜ੍ਹਨ ਤੋਂ ਪਹਿਲੇ ਚਲੋ ਕੁਝ ਔਖੇ ਸ਼ਬਦ ਸਿੱਖ ਲਈਏ ਇਸ ਪਾਠ ਵਿੱਚ ਆਈ ਔਖੇ ਸ਼ਬਦ ਪੜ੍ਹਨੇ ਅਤੇ ਇਹਨਾਂ ਦੇ ਮਤਲਬ ਸਿੱਖੋ ਨਦੀ ਰਿਵਲਟ ਛੋਟਾ ਦਰਿਆ ਵਿਧਵਾ widow palna to raise palna karne means to raise vichar our thoughts zanjeera are chains people wear zanjeer necklace vi hunda unnu vi zanjeer kande hain khaddi is a loom eh photo hai gi ae the khaddi thi this is a loom dasse rate on the told path hasal ki teer seed rabb vich mil gaye merged with god adol unshaken kaaji मुल्ला मौलवी मुस्लिम प्रीस के नबीरपंथी दो फॉलो कबीर जी डुबा टू ड्राउन केंद्र इज ए सेंटर खिलाफ इज अगेंस्ट जुलाहा इज ए वीवर सो कबीर जी वॉज ए जुलाहा नेता इज ए लीडर भगत कबीर जी की जिंदगी बहुत दिलचस्प है कबीरदास मतलब वड्डा गुलाम ਭਗਤ ਕਬੀਰ ਜੀ ਦਾ ਜਨਮ 1398 ਵਿੱਚ ਬਨਾਰਸ ਵਿੱਚ ਹੋਇਆ। ਉਹਨਾਂ ਦੀ ਮਾਂ ਵਿਧਵਾ ਸੀ, ਗਰੀਬ ਸੀ। ਉਸਨੇ ਸੋਚਿਆ ਕਿ ਉਹ ਆਪਣੇ ਬੱਚੇ ਨੂੰ ਪਾਲ ਨਹੀਂ ਸਕੇਗੀ। ਜਦ ਕਬੀਰ ਜੀ ਦਾ ਜਨਮ ਹੋਇਆ ਤਾਂ ਉਸਨੇ ਕਬੀਰ ਜੀ ਨੂੰ ਟੋਕਰੀ ਵਿੱਚ ਪਾ ਕੇ ਇੱਕ ਨਦੀ ਵਿੱਚ ਪਾ ਦਿੱਤਾ। ਨੀਰੂ ਇੱਕ ਮੁਸਲਮਾਨ ਜੁਲਾਹਾ ਕਬੀਰ ਜੀ ਨੂੰ ਆਪਣੇ ਘਰ ਲੈ ਆਇਆ ਅਤੇ ਆਪਣੇ ਪੁੱਤਰ ਵਾਂਗ ਉਹਨਾਂ ਨੂੰ ਪਾਲ ਲਿਆ। ਜੁਲਾਈਆਂ ਦਾ ਕੰਮ ਖੱਡੀ ਤੇ ਕੱਪੜੇ ਬੁਣਨਾ ਹੁੰਦਾ ਹੈ ਭਾਵੇਂ ਕਬੀਰ ਜੀ ਦਾ ਜਨਮ ਹਿੰਦੂ ਘਰ ਵਿੱਚ ਹੋਇਆ ਪਰ ਉਹਨਾਂ ਨੂੰ ਮੁਸਲਮਾਨ ਪਰਿਵਾਰ ਨੇ ਪਾਲਿਆ ਉਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੋਈ ਕਿਉਂਕਿ ਉਹਨਾਂ ਦੇ ਵਿਚਾਰ ਸਿੱਖ ਗੁਰੂਆਂ ਨਾਲ ਮਿਲਦੇ ਸਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਭਗਤ ਕਬੀਰ ਜੀ ਦੇ 237 ਸ਼ਲੋਕ ਅਤੇ 200 ਸਾਈ ਸ਼ਬਦ ਦਰਜ ਹਨ ਇੱਕ ਵੀਰਜੀ ਦੀ ਫੋਟੋ ਹੈ ਕਿਸੇ ਨੇ ਦੇਖਿਆ ਤੇ ਨਹੀਂ ਕਬੀਰ ਜੀ ਨੂੰ ਪਰ ਸ਼ਾਇਦ ਇਸ ਤਰ੍ਹਾਂ ਦੇ ਲੱਗਦੇ ਹੋਣਗੇ ਤੇ ਉਹ ਛੋਟੇ ਜਿਹੇ ਘਰ ਵਿੱਚ ਰਹਿੰਦੇ ਸੀ ਗਰੀਬ ਸੀ ਐ ਉਹ ਕਪੜਾ ਬੁੰਨਦੇ ਸੀ ਸੋ ਉਹ ਆਪਣੇ ਆਪ ਪਹਿਲੇ ਕਾਟਨ ਦੇ ਜਿਹੜੇ ਬੋਲ ਹੁੰਦੇ ਨੇ ਉਹਨਾਂ ਤੋਂ ਧਾਗਾ ਬਣਾਉਂਦੇ ਨੇ ਫਿਰ ਉਹਨਾਂ ਤੋਂ ਕਪੜਾ ਬਣਾ ਕੇ ਤੇ ਕਪੜਾ ਵੇਚਦੇ ਨੇ ਕਬੀਰ ਜੀ ਦੇ ਗੁਰੂ Swami Ramanand ਸਨ ਸੋ Ramanand ਬੜੇ ਫੇਮਸ ਹੋਏ ਨੇ ਬੜੇ ਪ੍ਰਸਿੱਧ Hindu ਉਹ ਗੁਰੂ ਰਹੇ ਨੇ ਕਬੀਰ ਜੀ ਨੇ ਇੰਨੀ ਭਗਤੀ ਕੀਤੀ ਕਿ ਉਹ ਰੱਬ ਵਰਗੇ ਹੀ ਹੋ ਗਏ। RAM KABEERA EK PAE HAI KOI NA SAKE PACHHANI। ਪੰਨਾ 969। ਕਬੀਰ ਜੀ ਬਨਾਰਸ ਵਿੱਚ ਰਹਿੰਦੇ ਸਨ ਜੋ ਕਿ ਹਿੰਦੂਆਂ ਦਾ ਬਹੁਤ ਵੱਡਾ ਧਾਰਮਿਕ ਕੇਂਦਰ ਹੈ। ਪਰ ਉਹ ਕਿਸੇ ਹਿੰਦੂ ਰੀਤ ਨੂੰ ਨਹੀਂ ਮੰਨਦੇ ਸਨ। ਉਹਨਾਂ ਦਾ ਯਕੀਨ ਸੀ ਹਰ ਜੀਵ ਦੇ ਅੰਦਰ ਰੱਬ ਵਸਦਾ ਹੈ। ਉਹ ਉੱਚੀ ਨੀਵੀਂ ਜਾਤ ਵਿੱਚ ਯਕੀਨ ਨਹੀਂ ਰੱਖਦੇ ਸਨ। ਕਬੀਰ ਜੀ ਨੇ Hindu ਅਤੇ Muslim Muslim ਪਰਮਾ ਦੀਆਂ ਰੀਤਾਂ ਦੇ ਖਿਲਾਫ ਬੋਲਿਆ ਕਿਉਂਕਿ ਉਹ ਜਾਣਦੇ ਸਨ ਕਿ ਇਹ ਰੀਤਾਂ ਜ਼ਿੰਦਗੀ ਨੂੰ ਚੰਗਾ ਨਹੀਂ ਬਣਾਉਂਦੀਆਂ ਸਾਡੇ ਕੰਮ ਸਾਨੂੰ ਚੰਗਾ ਬਣਾਉਂਦੇ ਹਨ ਉਹ ਕਹਿੰਦੇ ਸਨ ਕਿ ਰੱਬ ਸਾਡੇ ਮਨ ਵਿੱਚ ਤਾਂ ਰਹੇਗਾ ਜੇ ਸਾਡਾ ਜੀਵਨ ਚੰਗਾ ਹੋਵੇਗਾ ਜਿਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਸਾਨੂੰ ਦੱਸਦੇ ਸਨ ਉਹਨਾਂ ਨੇ ਪੰਡਤਾਂ ਕਾਜ਼ੀਆਂ ਮੁੱਲਾਂ ਸਭ ਨੂੰ ਸੱਚ ਸੁਣਾਇਆ ਹਿੰਦੂ ਅਤੇ ਮੁਸਲਮਾਨ ਦੋਵੇਂ ਕਬੀਰ ਜੀ ਨੂੰ ਨਫ਼ਰਤ ਕਰਨ ਲੱਗੇ ਮੁਸਲਮਾਨ ਮੌਲਵੀਆਂ ਨੇ ਕਬੀਰ ਜੀ ਦੀ ਜ਼ਿੰਦਗੀ ਤੇ ਦੋ ਵਾਰੀ ਹਮਲੇ ਕੀਤੇ ਪਰ ਉਹ ਕਬੀਰ ਜੀ ਦੀ ਰੱਖਿਆ ਰੱਬ ਕਰ ਰਿਹਾ ਸੀ ਉਹਨਾਂ ਨੂੰ ਕੋਈ ਨੁਕਸਾਨ ਨਾ ਹੋਇਆ ਇੱਕ ਵਾਰ ਤਾਂ ਕਬੀਰ ਜੀ ਨੂੰ ਜੰਜੀਰਾਂ ਨਾਲ ਬੰਨ੍ਹ ਕੇ ਗੰਗਾ ਨਦੀ ਵਿੱਚ ਸੁੱਟ ਦਿੱਤਾ ਗਿਆ ਪਰ ਕਬੀਰ ਜੀ ਡੁੱਬੇ ਨਹੀਂ ਉਹ ਇਸ ਤਰ੍ਹਾਂ ਪਾਣੀ ਤੇ ਬੈਠੇ ਰਹੇ ਜਿਵੇਂ ਕਿ ertid ਤੇ ਬੈਠੇ ਹੋਣ ਕਹਿੰਦੇ ਹਨ ਕਿ ਗੰਗਾ ਦੇ ਪਾਣੀ ਵਿੱਚ ਉਹਨਾਂ ਦੀਆਂ ਜੰਜੀਰਾਂ ਵੀ ਆਪੇ ਹੀ ਟੁੱਟ ਗਈਆਂ ਗੰਗ ਗੁਸਾਇਨ ਗਹਿਰ ਗੰਭੀਰ ਜੰਜੀਰ ਬਾਂਧ ਕਰ ਖਰੇ ਕਬੀਰ ਤੁਹਾਡੀ ਕਿਤਾਬ ਦੇ ਵਿੱਚ ਇਹ ਸ਼ਬਦ ਗਲਤ ਲਿਖਿਆ ਹੋਇਆ ਸੋ ਉਹਨੂੰ ਤੁਸੀਂ ਠੀਕ ਕਰ ਲੈਣਾ ਆਈ ਏਮ ਸੌਰੀ ਫਾਰ 댓 ਠੀਕ ਹੈ Ganga Gusayan Geher Gambir Janjeer Bandkar Khare Kabir Manana Digay Tanakahiko Dry Mother Ganga is deep and profound gahar Gambir Tied up in chains they took Kabir there My mind was not shaken Why should my body be afraid? फिर इक बार कबीर जी ने बावानु बनके ओन्नानु एक मस्त हाथी ਦੇ ਸਾਹਮਣੇ ਸੁਟਿਆ ਗਿਆ ਤਾਂ ਕਿ ਉਹ ਆਪ ਨੂੰ ਮਿੱਧ ਕੇ ਮਾਰ ਦੇਵੇ ਪਰ ਹਾਥੀ ਨੇ ਉਹਨਾਂ ਨੂੰ ਮਾਰਿਆ ਨਹੀਂ ਬਲਕਿ ਸਿਰ ਝੁਕਾ ਕੇ ਨਮਸਕਾਰ ਕੀਤੀ ਤੇ ਦੂਰ ਦੌੜ ਗਿਆ ਤੇ ਕਬੀਰ ਜੀ ਨੇ ਇਸ ਬਾਰੇ ਸ਼ਬਦ ਵੀ ਲਿਖਿਆ ਪੂਜਾ ਬਾੰਦ ਪਿਲਾਕਰ ਡਾਰਿਓ ਹਸਤੀ ਕਰੋਪ ਮੂੰਡ ਮੈ ਮਾਰਿਓ ਹਸਤ ਨ ਤੋਰੇ ਤਰੇਤਿਆਨ they tied my arms bundled me up and threw me in front of the elephant but the elephant did not move instead he began to meditate in saariyan mushkilan vich bhi aap adol rahe jis karke aap nu us vele chal rahi bhakti lehar da neta samjhya gaya bhagat kabir ji de khayal gur nanak nal bahut milde san ese nahi unna di likhi bani guru granth sahib vich shamil kiti gayi ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਗੁਰਬੀਬ ਕਬੀਰ ਜੀ ਦੀ ਬਾਣੀ ਅੰਦਰ ਇਹ ਸਭ ਗੱਲਾਂ ਚੰਗੀ ਤਰ੍ਹਾਂ ਸਮਝਾਈਆਂ ਗਈਆਂ ਹਨ ਇਸ ਲੇਖ ਵਿੱਚ 536 ਸ਼ਬਦ ਨੇ ਤੇ ਤੁਸੀਂ ਇਹਨੂੰ ਸਹਿਜੇ ਅਮ ਸਤ ਅਠ ਮਿੰਟ ਵਿੱਚ ਪੜ ਸਕੋਗੇ ਠੀਕ ਹੈ ਸੋਮਵਾਰ ਕਰਦਾ ਕੰਮ ਹੇਠਾਂ ਲਿਖੇ ਪ੍ਰਸ਼ਨਾਂ ਦੇ ਠੀਕ ਜਵਾਬ ਲਿਖੋ ਕਬੀਰ ਜੀ ਦੀ ਜ਼ਿੰਦਗੀ ਦੇ ਬਾਰੇ ਵਿੱਚ ਪੜ ਕੇ ਤੁਸੀਂ ਕਬੀਰ ਜੀ ਬਾਰੇ ਕੀ ਕਹੋਗੇ ਉਹ ਕਿਸ ਤਰ੍ਹਾਂ ਦੇ ਇਨਸਾਨ ਸਨ ਉਨਨਿਆ ਕੋਈ ਦੋ ਵਿਸ਼ੇਸ਼ਤਾਵਾਂ ਲਿਖੋ ਰਾਈਟ ਸੋ ਉਨਨਿਆ ਪੰਪੋਸ ਵਿਸ਼ੇਸ਼ਤਾਵਾਂ ਸਿੱਖੀ ਪੜ੍ਹੀਆਂ ਕਿ ਉਹ ਹਿੰਦੂ ਪਰਿਵਾਰ ਵਿੱਚ ਜਨਮੇ ਪਰ ਉਹਨਾਂ ਨੂੰ ਮੁਸਲਮਾਨ ਪਰਿਵਾਰ ਨੇ ਪਾਲਿਆ ਪਰ ਉਹਨਾਂ ਦੇ ਖਿਆਲ ਸਿੱਖਾਂ ਨਾਲ ਮਿਲਦੇ ਸੀ ਰਾਈਟ ਅਸੀਂ ਐ ਵੀ ਜਾਣਦੇ ਹਾਂ ਕਿ ਉਹ ਰੀਤਾ ਰਿਵਾਜਾਂ ਚ ਕੀ ਨਹੀਂ ਕਰਦੇ ਸੀ ਉਹ ਸੋਚਦੇ ਸੀ ਕਿ ਹਰ ਮਨ ਦੇ ਵਿੱਚ ਹਰ ਇਨਸਾਨ ਦੇ ਵਿੱਚ ਰੱਬ ਰਹਿੰਦਾ ਹਰ ਜੀ ਦੇ ਵਿੱਚ ਰੱਬ ਰਹਿੰਦਾ ਸਾਡੇ ਕੰਮ ਸਾਨੂੰ ਚੰਗਾ ਬਣਾਉਂਦੇ ਆ ਉਹ ਸਾਰੀਆਂ ਵਿਸ਼ੇਸ਼ਤਾਵਾਂ ਨੇ ਤੁਸੀਂ ਇਹਨਾਂ ਵਿੱਚੋਂ ਕੋਈ ਵੀ ਦੋ ਲਿਖ ਸਕਦੇ ਹੋ ਕਬੀਰ ਪੰਥੀ ਕੌਣ ਹਨ ਕਬੀਰ ਪੰਥੀ ਉਹ ਹਨ ਜੋ ਕਬੀਰ ਜੀ ਦਾ ਰਾ ਮੰਨਦੇ ਹਨ ਕਬੀਰ ਜੀ ਨੂੰ ਮੰਨਦੇ ਹਨ ਕਬੀਰ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਕਿਉਂ ਪਾਈ ਗਈ ਕਬੀਰ ਸਿੰਘ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਇਸ ਲਈ ਪਾਈ ਗਈ ਕਿਉਂਕਿ ਉਹ ਸਿੱਖ ਗੁਰੂਆਂ ਦੀ ਬਾਣੀ ਨਾਲ ਮੇਲ ਖਾਂਦੀ ਸੀ ਕਬੀਰ ਜੀ ਨੂੰ ਜਦ ਗੰਗਾ ਵਿੱਚ ਸੁੱਟਿਆ ਗਿਆ ਤਾਂ ਕੀ ਹੋਇਆ ਐਸੀ ਇੱਥੇ ਪੜਿਆ ਕਿ ਉਹ ਉਹਨਾਂ ਦੀਆਂ ਜੰਜੀਰਾਂ ਟੁੱਟ ਗਈਆਂ ਉਹ ਪਾਣੀ ਉੱਤੇ ਇੰਜ ਬੈਠੇ ਜਿਵੇਂ ਉਤਰਤੀ ਤੇ ਬੈਠੇ ਹੁੰਦੇ ਨੇ ਕਬੀਰ ਜੀ ਨੂੰ ਜਦ ਹਾਥੀ ਦੇ ਅੱਗੇ ਸੁੱਟਿਆ ਗਿਆ ਤਾਂ ਕੀ ਹੋਇਆ ਤਾਂ ਆਪਾਂ ਸੋਚਦੇ ਆਪਾਂ ਪੜਿਆ ਕਿ ਹਾਥੀ ਨੇ ਉਹਨਾਂ ਨੂੰ ਮਾਰਿਆ ਨਹੀਂ ਬਲਕਿ ਸਿਰ ਝੁਕਾ ਕੇ ਨਮਸਕਾਰ ਕੀਤੀ ਠੀਕ ਹੈ ਕਬੀਰ ਜੀ ਦੀ ਜ਼ਿੰਦਗੀ ਵਿੱਚ ਕੋਈ ਦਿਨ ਤਿੰਨ ਦਿਲਚਸਪ ਗੱਲਾਂ ਲਿਖੋ ਜਿਹੜੀਆਂ ਤੁਹਾਨੂੰ ਇੰਟਰਸਟਿੰਗ ਲੱਗਦੀਆਂ ਠੀਕ ਹੈ ਸੋ ਇਹਦੇ ਵਿੱਚੋਂ ਤੁਸੀਂ ਪੜ੍ਹ ਕੇ ਕੋਈ ਵੀ ਤਿੰਨ ਗੱਲਾਂ ਤੁਸੀਂ ਕਾਪੀ ਕਰ ਸਕਦੇ ਹੋ ਅਗਲਾ ਬੁੱਧਵਾਰ ਦਾ ਕੰਮ ਤੁਸੀਂ ਇਹਨਾਂ ਵਾਕਾਂ ਦੇ ਹਿੱਸਿਆਂ ਨੂੰ ਇੱਧਰ ਜੋੜਨਾ ਹੈ ਤਾਂ ਪੂਰਾ ਵਾਕ ਬਣਾ ਕੇ ਤਾਂ ਆਮ ਪੜੋਗੇ ਤਾਂ ਤੁਹਾਨੂੰ ਹੋਰ ਵੀ ਸਮਝ ਆ ਜਾਏਗੀ ਠੀਕ ਹੈ ਜਿਹੜੇ ਸ਼ਲੋਕ ਇਸ 파ਰਟ ਵਿੱਚ ਆਏ ਨੇ ਤੁਸੀਂ ਉਹਨਾਂ ਨੂੰ ਸੋਹਣੀ ਲਿਖਤ ਵਿੱਚ ਕਾਪੀ ਕਰਕੇ ਇੱਥੇ ਲਿਖੋਗੇ ਠੀਕ ਹੈ ਸੋਹਣੀ ਕੈਲੀਗ੍ਰਾਫੀ ਕਰਕੇ ਵੀਰਵਾਰ ਦਾ ਵਿੱਚ ਤੁਸੀਂ ਕੀ ਕਰੋਗੇ ਟਾਈਮਰ ਸ਼ੁਰੂ ਕਰੋਗੇ ਇਹ ਲੇਖ ਦੁਬਾਰਾ ਪੜੋਗੇ ਕਿੰਨੇ ਮਿੰਟ ਲੱਗੇ ਦੇਖੋ ਤੁਹਾਨੂੰ 6 ਮਿੰਟ ਲੱਗੇ ਕਿ 7 ਲੱਗੇ ਕਿ 8 ਲੱਗੇ ਠੀਕ ਹੈ ਉਹ ਤੁਸੀਂ ਆਪਣਾ ਰੈਕਡ ਰੱਖੋਗੇ ਸੋ ਇਹ ਅੱਜ ਦਾ ਲੈਸਨ ਸੀ ਸਾਡਾ ਭਗਤ ਕਬੀਰ ਜੀ ਦੇ ਬਾਰੇ ਵਿੱਚ ਤੇ ਆਪਾਂ ਅਗਲੀ ਵਾਰੀ ਫਿਰ ਮਿਲਦੇ ਹਾਂ ਅਗਲੇ ਪਾਠ ਦੇ ਵਿੱਚ ਤਦ ਤੱਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ